ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਿਤੀ 4/4/2018 ਨੂੰ ਪਿੰਡ ਬਾਦੋਵਾਲ ਵਿਖੇ ਵਰਲਡ ਕੈਂਸਰ ਚੈਰੀਟੇਬਲ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਕੈਂਪ ਲਗਾਇਆ ਗਿਆ। ਇਸ ਵਿੱਚ ਕੈਂਸਰ ਦੀਆਂ ਹਰ ਬਿਮਾਰੀਆਂ ਦਾ ਇਲਾਜ ਤੋਂ ਜਾਣੂ ਕਰਵਾਇਆ ਗਿਆ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਗਿਆ ਵੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਟੀਮ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਹਰ ਤਰ੍ਹਾਂ ਦੇ ਟੈਸਟ ਕੀਤੇ ਗਏ। ਇਲਾਕਾ ਨਿਵਾਸੀ ਇਸ ਕੈਂਪ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਅਸੀਂ ਚਾਹੁੰਦੇ ਹਾਂ ਕਿ ਇੱਦਾਂ ਦੇ ਕੈਂਪ ਲੱਗਣੇ ਚਾਹੀਦੇ ਹਨ। ਅਸੀਂ ਇਸ ਪਿੰਡ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸਾਡੇ ਪਿੰਡਾਂ 'ਚ ਆਲੇ ਦੁਆਲੇ ਪਿੰਡਾਂ ਦੇ ਪੇਸ਼ੈਂਟ ਆਣ ਕੇ ਸਾਰਿਆਂ ਨੂੰ ਆਪਣੀ ਚੈੱਕਅਪ ਕਰਾਇਆ ਅਤੇ ਆਪਣੀ ਤਸੱਲੀ ਪ੍ਰਗਟਾਈ। ਅਸੀਂ ਚਾਹੁੰਦੇ ਹਾਂ ਵੀ ਅੱਗੇ ਤੋਂ ਵੀ ਇੱਦਾਂ ਦੇ ਜਿਹੜੇ ਆ ਕੈਂਪ ਲਗਾਏ ਜਾਣ। ਮੈਂ ਸਾਰੀ ਟੀਮ ਦਾ, ਆਏ ਹੋਏ ਸਾਰੇ ਮਾਹਿਰ ਡਾਕਟਰਾਂ ਦੀ ਟੀਮ ਦਾ, ਸਾਰੇ ਪਿੰਡ ਨਿਵਾਸੀਆਂ ਅਤੇ ਇਹਨਾਂ ਦੀ ਸਹਿਯੋਗ ਭਰਾਵਾਂ ਦੀ ਸਹਿਯੋਗ ਨੂੰ ਧੰਨਵਾਦ ਕਰਦਾ ਹਾਂ।